ਹਲਚਲ ਟੀਵੀ ਨਿਊਜ਼। ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਦੀ ਗ੍ਰਿਫਤਾਰੀ ਨੂੰ ਲੈ ਕੇ ਆਪ ਵਰਕਰਾਂ ਵਿੱਚ ਬਹੁਤ ਰੋਸ ਦਿਸ ਰਿਹਾ ਹੈ। ਇਸ ਦੇ ਚੱਲਦੇ ਲੁਧਿਆਣਾ ਡੀਸੀ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕਰਕੇ ਬਾਦਲ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਹ ਪ੍ਰਦਰਸ਼ਨ ਆਪ ਵਲੰਟੀਅਰ ਲਖਨਪਾਲ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਨਰੇਸ਼ ਯਾਦਵ ਤੇ ਲੱਗੇ ਦੋਸ਼ਾਂ ਨੂੰ ਗਲਤ ਦੱਸਿਆ ਅਤੇ ਪੰਜਾਬ ਦੇ ਰਾਜਪਾਲ ਦੇ ਨਾਮ ਤੇ ਲੁਧਿਆਣਾ ਦੇ ਡੀਸੀ ਨੂੰ ਮੰਗ ਪੱਤਰ ਦਿੱਤਾ। ਮੇਰਾ ਨਾਮ ਰਾਜਵੰਤ ਕੌਰ, ਆਮ ਆਦਮੀ ਪਾਰਟੀ ਤੋਂ ਮਹਿਲਾ ਵਿੰਗ ਮੀਤ ਪ੍ਰਧਾਨ ਪੰਜਾਬ ਤੋਂ ਆ ਜੀ। ਮੈਂ ਅੱਜ ਸਾਡੀ ਪਾਰਟੀ ਵੱਲੋਂ ਧਰਨਾ ਦਿੱਤਾ ਜਾ ਰਿਹਾ, ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਹੋਏ ਆ, ਜੋ ਕਿ ਸਾਡੇ ਦੇਸ਼ ਪਾਠਕ ਜੀ ਨੂੰ ਯਾਦਵ ਦੇ ਲਈ ਫੜਿਆ ਗਿਆ। ਇਹ ਮਤਲਬ ਕਿ ਉਹਨਾਂ 'ਤੇ ਜੋ ਝੂਠੇ ਇਲਜ਼ਾਮ ਲੱਗੇ ਗਏ ਨੇ, ਉਹਨਾਂ ਨੂੰ ਅਰੈਸਟ ਕੀਤਾ ਗਿਆ। ਇਸ ਕਰਕੇ ਅੱਜ ਅਸੀਂ ਇੱਥੇ ਧਰਨਾ ਦੇ ਰਹੇ ਹਾਂ, ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸਾਡੀ ਪਾਰਟੀ। ਉਹਨਾਂ ਨੂੰ ਆਮ ਆਦਮੀ ਪਾਰਟੀ ਤੋਂ ਡਰ ਲੱਗਣਾ ਸ਼ੁਰੂ ਹੋ ਗਿਆ, ਝੂਠੇ ਪਰਚੇ ਪੈ ਰਹੇ ਨੇ ਕਿਉਂਕਿ ਉਹ ਆਮ ਆਦਮੀ ਪਾਰਟੀ ਤੋਂ ਡਰ ਰਹੇ ਨੇ। ਅਕਾਲੀਆਂ ਦੇ ਕਿਉਂ ਨਹੀਂ ਫੜੇ ਗਏ, ਮਜੀਠੀਆ 'ਤੇ ਇਲਜ਼ਾਮ ਲੱਗਿਆ ਜਾਂ ਹੋਰ ਜਾਣਿਆਂ 'ਤੇ ਲੱਗਿਆ, ਉਹਨਾਂ ਨੂੰ ਕਿਉਂ ਨਹੀਂ ਫੜਿਆ ਜਾ ਰਿਹਾ? ਸਾਨੂੰ ਡਰਾ ਰਹੇ ਨੇ, ਪਰ ਅਸੀਂ ਇਸ ਚੀਜ਼ ਤੋਂ ਬਿਲਕੁਲ ਨਹੀਂ ਡਰਾਂਗੇ। ਸਾਡੇ ਹੌਸਲੇ ਉਦੋਂ ਵੀ ਜ਼ਿਆਦਾ ਬੁਲੰਦ ਹੋ ਰਹੇ ਨੇ। ਆਪ ਲੈਵਲ ਦੇ ਉੱਤੇ ਜਿਹੜੇ ਨਰੇਸ਼ ਯਾਦਵ ਜੀ ਸਾਡੇ MLA ਹੈ, ਜਿਹੜੇ ਸਾਡੇ MLA ਹੈ ਦਿੱਲੀ ਲੈਜਿਸਲੇਟਿਵ ਅਸੈਂਬਲੀ ਦੇ, ਉਹਨਾਂ ਨੂੰ ਇਲੀਗਲੀ ਇਹਨਾਂ ਨੇ ਅਰੈਸਟ ਕੀਤਾ ਉੱਥੇ ਜਾ ਕੇ ਦਿੱਲੀ ਤੋਂ, ਔਰ ਉਹਦੇ ਵਿਰੋਧ ਦੇ ਵਿੱਚ ਅਸੀਂ ਆਲ ਓਵਰ ਇਹ ਪੰਜਾਬ ਇਹ ਪ੍ਰੋਟੈਸਟ ਕਰ ਰਹੇ ਹਾਂ। ਇਸ ਵੇਲੇ ਸਾਡਾ ਇਹ ਅਸੀਂ ਮੰਗ ਪੱਤਰ ਇਹਦੇ ਬਾਰੇ DC ਸਾਹਿਬ ਨੂੰ ਦੇ ਦਿੱਤਾ, ਜਿਹੜਾ ਕਿ ਐਡਰੈਸ ਕੀਤਾ ਸੀ ਗਵਰਨਰ ਸਾਹਿਬ ਨੂੰ, ਕਿ ਅਸੀਂ ਇਹ ਜੀ ਤਸ਼ੱਦਦ ਤੋਂ ਬਹੁਤ ਦੁਖੀ ਹਾਂ, ਖਾਸ ਤੌਰ 'ਤੇ ਪੰਜਾਬ ਸਰਕਾਰ ਤੋਂ ਔਰ ਦਿੱਲੀ ਸਰਕਾਰ ਤੋਂ। ਇਹਨਾਂ ਨੇ ਇੰਨਾ ਗੰਦ ਪਾ ਦਿੱਤਾ ਕਿ ਇਹ ਹਰ ਕਿਸੇ MLA, ਇਸ ਵੇਲੇ 17 MLA ਦੇ ਅਗੇਂਸਟ ਇਹਨਾਂ ਨੇ ਦਿੱਲੀ 'ਚ ਕੇਸ ਪਾ ਰੱਖੇ ਆ। ਕੋਈ ਅੰਦਰ ਨੇ, ਕੋਈ ਬਾਹਰ ਆ ਜਾਂਦੇ ਆ, ਔਰ ਜਦ ਵੀ ਕੇਸ ਕੋਰਟ 'ਚ ਜਾਂਦਾ ਉਹ ਖਾਰਜ ਹੋ ਜਾਂਦਾ। ਇਹਨਾਂ ਨੇ ਝੂਠੇ ਕੇਸ ਪਾ ਪਾ ਕੇ ਦਿੱਲੀ ਸਰਕਾਰ ਨੂੰ ਪਰੇਸ਼ਾਨ ਕਰ ਰਹੇ ਸਾਡੇ ਨੂੰ। ਇੱਦਾਂ ਹੀ ਇਹਨਾਂ ਨੇ ਇੱਥੇ ਵੀ ਇਹ ਕੰਮ ਸ਼ੁਰੂ ਕਰ ਰਹੇ ਹੈ ਜਲਦੀ। ਅਸੀਂ ਅੱਜ ਇਹ ਬਹੁਤ ਸਖਤੀ ਨਾਲ ਇਹਨਾਂ ਇਸ ਐਕਸ਼ਨ ਦੀ ਨਿਖੇਧੀ ਕਰਦੇ ਹਾਂ। ਜੇ ਸਰਕਾਰ ਇਹਨਾਂ ਐਕਟੀਵਿਟੀਜ਼ ਤੋਂ, ਜਿਹੜੀਆਂ ਨੈਗੇਟਿਵ ਐਕਟੀਵਿਟੀਜ਼ ਹੈ, ਜਿਹੜੀ ਸਾਡੇ ਪੋਲੀਟੀਕਲ ਰਾਈਟਸ ਹੈ, ਉਹਦੇ ਉੱਤੇ ਇਹ ਪਾਬੰਦੀ ਲਗਾ ਰਹੀ ਹੈ, ਅਸੀਂ ਇਹਦਾ ਬਹੁਤ ਸਖਤੀ ਨਾਲ ਹੋਰ ਵੀ ਵਿਰੋਧ ਕਰਾਂਗੇ। ਲੁਧਿਆਣਾ ਤੋਂ ਅਮਿਤ ਸਚਦੇਵਾ ਦੀ ਰਿਪੋਰਟ। ਆਪ ਦੇਖ ਰਹੇ ਹੈ ਹਲਚਲ TV ਨਿਊਜ਼।